ਸਸ਼ੀਕਾਰ ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਜਾ ਰਹੇ ਨੇ। ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਗੱਲ ਕਰਦੇ ਹਾਂ ਦਿੱਲੀ 'ਚ ਮੌਜੂਦ ਸਾਡੇ ਸਹਿਯੋਗੀ ਕੋਮਲ ਸਿੰਗਲਾ ਦੇ ਨਾਲ। ਜੀ ਕੋਮਲ, ਪਹਿਲਾਂ ਸਵੇਰੇ ਵੀ ਮੁੱਖ ਮੰਤਰੀ ਦੀ ਬੈਠਕ ਹੋਈ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਮੀਟਿੰਗ ਕਰਨ ਜਾ ਰਹੇ ਨੇ। ਇੰਨੀ ਛੇਤੀ ਮੀਟਿੰਗ ਤੋਂ ਕੀ ਸਮਝਿਆ ਜਾਵੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਾਮਲੇ ਨੂੰ ਗੰਭੀਰਤਾ ਨਾਲ ਸਮਝਦੇ ਹੋਏ ਇਸ ਦਾ ਹੱਲ ਕਰਵਾਉਣਗੇ? ਜੀ ਮਨਵਿੰਦਰ, ਤੁਹਾਨੂੰ ਦੱਸ ਦਈਏ ਕਿ ਸਕਾਈ ਨਿਊਜ਼ ਪੰਜਾਬ ਦੀ ਟੀਮ ਇਸ ਵੇਲੇ ਅਮਿਤ ਸ਼ਾਹ ਦੀ ਰਿਹਾਇਸ਼, ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਦੀ ਰਿਹਾਇਸ਼ ਦੇ ਬਾਹਰ ਮੌਜੂਦ ਹੈ। ਤੁਹਾਨੂੰ ਤਾਜ਼ਾ ਹਾਲਾਤ ਦੱਸ ਦਈਏ ਕਿ ਇੱਥੇ ਪੁਲਿਸ ਦਾ ਸਖ਼ਤ ਪਹਿਰਾ ਤੇ ਕੁਝ ਹੀ ਮਿੰਟਾਂ ਦੇ ਵਿੱਚ, ਚੰਦ ਮਿੰਟਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੇਂਦਰੀ ਹੈ ਜਿਹੜਾ ਹੋਮ ਮਿਨਿਸਟਰ ਹੈ ਉਹ ਵੀ ਅਮਿਤ ਸ਼ਾਹ ਦੀ ਰਿਹਾਇਸ਼ ਪਹੁੰਚ ਕੇ ਅਮਿਤ ਸ਼ਾਹ ਨਾਲ ਮੀਟਿੰਗ ਕਰਨ ਲਈ ਪਹੁੰਚ ਰਹੇ ਨੇ। ਜੀ ਜੀ ਕੋਮਲ ਜੀ, ਜੇਕਰ ਗੱਲ ਕਰੀਏ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਕੇਂਦਰ ਦੀ ਮੀਟਿੰਗ ਬਾਰੇ, ਤਾਂ ਹੁਣ ਤੱਕ ਇਹ ਮੀਟਿੰਗਾਂ ਬੇਸਿੱਟਾ ਨਿਕਲਦੀਆਂ ਆਈਆਂ ਨੇ ਤੇ ਹੁਣ ਹੋ ਰਹੀ ਮੀਟਿੰਗ ਬਾਰੇ ਤੁਹਾਡਾ ਕੀ ਕਹਿਣਾ? ਤੁਹਾਨੂੰ ਦੱਸ ਦਈਏ ਮਨਵਿੰਦਰ, ਜਿਵੇਂ ਕਿ ਪਹਿਲਾਂ ਕਿਸਾਨਾਂ ਦੀ ਤੇ ਕੇਂਦਰ ਸਰਕਾਰ ਦੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਉਹ ਸਾਰੀਆਂ ਬੇਸਿੱਟਾ ਨਿਕਲੀਆਂ ਨੇ ਤੇ ਅੱਜ ਦੀ ਮੀਟਿੰਗ ਵੀ ਕੁਝ ਅਜਿਹੀ ਜਾਪਦੀ ਹੈ, ਕਿਉਂਕਿ ਕੇਂਦਰ ਸਰਕਾਰ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਕਿਸੇ ਵੀ ਕੀਮਤ ਤੇ ਕੇਂਦਰ ਵੱਲੋਂ ਪਾਸ ਕੀਤੇ ਖੇਤੀ ਬਿੱਲ ਵਾਪਸ ਨਹੀਂ ਦਿੱਤੇ ਜਾਣਗੇ। ਉਸ 'ਚ ਕਿਸੇ ਕਿਸਮ ਦੀ ਸੋਧ ਜੇ ਚਾਹੇ ਕਿ ਕਿਸਾਨ ਚਾਹਾਂ ਤਾਂ ਸੋਧ ਨਾ ਕੀਤੀ ਜਾ ਸਕਦੀ ਹੈ, ਪਰ ਕਿਸੇ ਵੀ ਕੀਮਤ ਤੇ ਕੇਂਦਰ ਵੱਲੋਂ ਪਾਸ ਬਿੱਲ ਵਾਪਸ ਨਹੀਂ ਦਿੱਤੇ ਜਾਣਗੇ। ਜੀ ਤੇ ਕੋਮਲ ਜੀ, ਕਿਸਾਨ ਲਗਾਤਾਰ ਇੱਕੋ ਮੰਗ ਤੇ ਅੜੇ ਹੋਏ ਨੇ ਕਿ ਕਾਨੂੰਨ ਵਾਪਸ ਲਏ ਜਾਣ। ਕੀ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਲਈ ਪਿੱਛੇ ਹਟਣਾ ਇੱਕ ਵਾਰ ਰਾਹ ਤੋਂ ਹੈ ਜਾਂ ਫਿਰ ਕੋਈ ਵਿਕਲਪ ਇਸ ਵਿੱਚ ਨਿਕਲ ਸਕਦਾ? ਤੁਹਾਨੂੰ ਦੱਸ ਦਈਏ ਮਨਵਿੰਦਰ, ਕੋਈ ਵਿਕਲਪ ਇਸ ਦੇ ਵਿੱਚ ਨਿਕਲਦਾ ਨਜ਼ਰ ਨਹੀਂ ਆ ਰਿਹਾ। ਅੱਜ ਇਸ ਵੇਲੇ ਅਮਿਤ ਸ਼ਾਹ ਦੀ ਕੋਠੀ ਦੇ ਬਾਹਰ ਮੌਜੂਦ ਆ, ਰਿਹਾਇਸ਼ ਦੇ ਬਾਹਰ ਮੌਜੂਦ ਆ, ਜਿੱਥੇ ਕਿਸਾਨਾਂ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਵੀ ਮੀਟਿੰਗ ਕੀਤੀ ਗਈ ਹੈ ਤੇ ਅਮਿਤ ਸ਼ਾਹ ਕੋਲ ਪੰਜਾਬ ਦੇ ਮੁੱਖ ਮੰਤਰੀ ਮੀਟਿੰਗ ਕਰਨ ਪਹੁੰਚ ਰਹੇ ਨੇ। ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਕਿਸਾਨਾਂ ਦੇ ਹਿੱਤ ਵਿੱਚ, ਕਿਸਾਨਾਂ ਦੀ ਫੇਵਰ ਦੇ ਵਿੱਚ ਪਹਿਲੇ ਦਿਨ ਤੋਂ ਖੜੇ ਨਜ਼ਰ ਆ ਰਹੇ ਨੇ। ਜਿਹੜਾ ਅੱਜ ਵੀ ਅਮਿਤ ਸ਼ਾਹ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਛੇਤੀ ਤੋਂ ਛੇਤੀ ਇਸ ਮਸਲੇ ਦਾ ਹੱਲ ਕੀਤਾ ਜਾਵੇ ਤੇ ਕਿਸਾਨਾਂ ਨੂੰ ਕਿਸੇ ਵੀ ਤਰੀਕੇ ਵਾਪਸ ਉਹਨਾਂ ਦੇ ਪੰਜਾਬ ਭੇਜਿਆ ਜਾਵੇ। ਜੀ, ਜੇਕਰ ਸਿਰਫ ਪੰਜਾਬ ਹੀ ਨਹੀਂ ਹੋਰਨਾਂ ਸੂਬਿਆਂ ਤੋਂ ਵੀ ਕਿਸਾਨਾਂ ਨੇ ਦਿੱਲੀ ਨੂੰ ਘੇਰਿਆ ਹੋਇਆ, ਅਜਿਹਾ ਕਰਨ ਨਾਲ ਉੱਥੇ ਆਮ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਇਸ ਦੇ ਬਾਰੇ ਤੁਸੀਂ ਕੀ ਕਹੋ? ਤੁਹਾਨੂੰ ਦੱਸ ਦਈਏ ਕਿ ਪੰਜਾਬ, ਹਰਿਆਣਾ, ਯੂਪੀ, ਦਿੱਲੀ ਨਾਲ ਲੱਗਦੇ ਪੰਜੋ ਬਾਰਡਰ, ਜਿੰਨੇ ਵੀ ਬਾਰਡਰ ਦਿੱਲੀ ਨਾਲ ਜੋੜਦੇ ਨੇ ਦਿੱਲੀ ਨੂੰ, ਉਹ ਸਾਰੇ ਕਿਸਾਨਾਂ ਵੱਲੋਂ ਪੂਰੇ ਸੀਲ ਕੀਤੇ ਗਏ ਨੇ ਤੇ ਇਸ ਵੇਲੇ ਕਿਸੇ ਵੀ ਸੂਬੇ ਤੋਂ ਦਿੱਲੀ ਵਿੱਚ ਆਉਣਾ ਤੇ ਦਿੱਲੀ ਤੋਂ ਬਾਹਰ ਜਾਣਾ ਨਾਮੁਮਕਿਨ ਦੇ ਬਰਾਬਰ ਹੋ ਰੱਖਿਆ ਤੇ ਕਿਸਾਨਾਂ ਵੱਲੋਂ ਅੱਜ ਦੀ ਮੀਟ ਦੇ ਵਿੱਚ ਕੇਂਦਰ ਸਰਕਾਰ ਨੇ ਜਿਹੜੀ ਬਿੱਲ ਦੇ ਵਿੱਚ ਕਮੀਆਂ ਨੇ, ਜਿਹੜੀ ਬਿੱਲ ਦੇ ਵਿੱਚ ਖਾਮੀਆਂ ਨੇ, ਉਹ ਸੈਂਕੜਾ ਕਮੀਆਂ ਗਿਣਾਈਆਂ ਗਈਆਂ ਨੇ ਤਾਂ ਜੋ ਬੀਜੇਪੀ ਸਰਕਾਰ ਦਾ ਜਿਹੜਾ ਚਿਹਰਾ ਉਹ ਸਾਰੇ ਲੋਕਾਂ ਦੇ ਸਾਹਮਣੇ ਆਵੇ, ਜਿਹੜੀ ਕਹਿ ਰਹੀ ਹੈ ਬਿੱਲ ਪੰਜਾਬ ਦੇ ਕਿਸਾਨਾਂ ਦੇ, ਦੇਸ਼ ਦੇ ਕਿਸਾਨਾਂ ਦੇ ਪੱਖ 'ਚ ਨੇ। ਜੀ ਕੋਮਲ ਜੀ, ਠੰਡ ਦੇ ਮੌਸਮ ਵਿੱਚ ਵੀ ਕਿਸਾਨ ਲਗਾਤਾਰ ਉੱਥੇ ਡਟੇ ਹੋਏ ਨੇ, ਅਜਿਹੇ ਵਿੱਚ ਸਮਾਜਿਕ ਜਥੇਬੰਦੀਆਂ ਵੀ ਉਹਨਾਂ ਦਾ ਸਾਥ ਦੇਣ ਲਈ ਅੱਗੇ ਆ ਰਹੀਆਂ ਨੇ, ਇਸ ਦੇ ਬਾਰੇ ਤੁਸੀਂ ਕੀ ਕਹੋਗੇ? ਸਮਾਜਿਕ ਜਥੇਬੰਦੀਆਂ ਦੀ ਗੱਲ ਕੀਤੀ ਜਾਵੇ ਤਾਂ ਜੇਕਰ ਠੰਡ ਹੈ ਤਾਂ ਕਿਸਾਨਾਂ ਦੇ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ, ਕਿਉਂਕਿ ਕਿਸਾਨਾਂ ਦੇ ਵਿੱਚ ਇਸ ਵੇਲੇ ਜੋਸ਼ ਬਹੁਤ ਜ਼ਿਆਦਾ ਹੈ ਤੇ ਉਹ ਆਪਣੇ ਪਰਿਵਾਰਾਂ ਨੂੰ ਕਹਿ ਕੇ ਆਏ ਨੇ ਕਿ ਉਹ ਆਪਣੇ ਘਰ ਤਾਂ ਹੀ ਮੁੜਨਗੇ ਜੇਕਰ ਉਹ ਬਿੱਲ ਵਾਪਸ ਕਰਾ ਕੇ ਜਾਣਗੇ, ਨਹੀਂ ਤਾਂ ਉਹਨਾਂ ਵੱਲੋਂ ਘਰ ਜਾਣ ਦੀ ਕੋਈ ਪਲੈਨਿੰਗ ਨਹੀਂ ਦਿਖ ਰਹੀ। ਇਸ ਦੇ ਨਾਲ ਹੀ ਜਥੇਬੰਦੀਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਕਲਾਕਾਰ, ਪੰਜਾਬੀ ਸਿੰਗਰ ਜ਼ਰੂਰ ਕਿਸਾਨਾਂ ਦੇ ਨਾਲ ਖੜੇ ਮੌਜੂਦ ਆ ਰਹੇ ਨੇ, ਪਰ ਕੋਈ ਰਾਜਨੀਤਿਕ ਪਾਰਟੀ ਜਾਂ ਕੋਈ ਸਮਾਜਿਕ ਪਾਰਟੀ ਕਿਸਾਨਾਂ ਦੇ ਨਾਲ ਇਸ ਵੇਲੇ ਮੋਢੇ ਨਾਲ ਮੋਢਾ ਲਾ ਕੇ ਖੜੀ ਬਿਲਕੁਲ ਨਹੀਂ ਨਜ਼ਰ ਆ ਰਹੀ। ਜੀ ਜੇਕਰ ਗੱਲ ਕਰੀਏ ਸੁਰੱਖਿਆ ਪ੍ਰਬੰਧਾਂ ਦੀ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਕਿਹੋ ਜਿਹੇ ਪ੍ਰਬੰਧ ਲਗਾਏ ਜਾ ਰਹੇ ਨੇ? ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਪੁਲਿਸ, ਸੀਆਰਪੀਐਫ, ਮਿਲਟਰੀ, ਆਰਮੀ, ਹਰ ਤਰ੍ਹਾਂ ਦੀ ਪੁਲਿਸ, ਹਰ ਤਰ੍ਹਾਂ ਦੀ ਆਰਮੀ ਇੱਥੇ ਤੈਨਾਤ ਦਿਖ ਰਹੀ ਹੈ, ਕਿਉਂਕਿ ਬੀਜੇਪੀ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਡਰ ਹੈ ਕਿ ਕਿਸਾਨਾਂ ਵੱਲੋਂ ਦਿੱਲੀ ਵਿੱਚ ਕੋਈ ਅਣਸੁਖਾਵੀ ਘਟਨਾ ਨਾ ਵਾਪਰੀ ਜਾਵੇ। ਪਰ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਜਦ ਤੱਕ ਇਹ ਬਿੱਲ ਵਾਪਸ ਨਹੀਂ ਹੁੰਦੇ ਤੇ ਜਿਹੜੀ ਅੱਜ ਦੀ ਮੀਟਿੰਗ ਕੀਤੀ ਗਈ ਹੈ ਜੇ ਉਹ ਸਿਰੇ ਨਾ ਚੜੀ ਤਾਂ ਅੱਜ ਇਹ ਇਸ ਵੇਲੇ ਦੀ ਸਭ ਤੋਂ ਵੱਡੀ ਬ੍ਰੇਕਿੰਗ ਤੁਹਾਨੂੰ ਦੇ ਰਿਹਾ। ਸੂਤਰਾਂ ਤੋਂ ਸਾਨੂੰ ਖਬਰ ਮਿਲ ਰਹੀ ਹੈ ਕਿਸਾਨਾਂ ਨੇ ਕਿਹਾ ਜੇਕਰ ਇਹ ਬਿੱਲ ਕੇਂਦਰ ਸਰਕਾਰ ਦੀ ਮੀਟਿੰਗ ਦੇ ਵਿੱਚ ਵਾਪਸ ਨਹੀਂ ਲੈਂਦੀ ਤਾਂ ਅੱਜ ਤੋਂ ਬਾਅਦ ਕਿਸਾਨਾਂ ਵੱਲੋਂ ਕੇਂਦਰ ਨਾਲ ਕੋਈ ਮੀਟਿੰਗ ਨਹੀਂ ਕੀਤੀ ਜਾਵੇਗੀ। ਜੀ ਕੋਮਲ ਜੀ, ਜੇਕਰ ਪੰਜਾਬ ਦੇ ਸਿਆਸਤਦਾਨ ਵੀ ਲਗਾਤਾਰ ਧਰਨੇ ਵਿੱਚ ਪਹੁੰਚ ਰਹੇ ਨੇ, ਜਦਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਿਆਸਤਦਾਨਾਂ ਨੂੰ ਸਟੇਜ ਸਾਂਝੀ ਨਹੀਂ ਕਰਨ ਦਿੱਤੀ ਜਾਵੇਗੀ, ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਕਿਹੜੀ ਕਿਹੜੀ ਪਾਰਟੀ ਦੇ ਆਗੂ ਜ਼ਮੀਨ ਤੇ ਬੈਠ ਕੇ ਕਿਸਾਨਾਂ ਦਾ ਸਾਥ ਦੇ ਰਹੇ ਨੇ? ਜੀ ਕੋਮਲ ਜੀ, ਇਸ ਬਾਰੇ ਤੁਸੀਂ ਕੀ ਕਹੋਗੇ? ਇਸ ਬਾਰੇ ਤੁਹਾਨੂੰ ਦੱਸ ਦਈਏ ਮਨਵਿੰਦਰ, ਪਹਿਲੇ ਦਿਨ ਤੋਂ ਕੇਵਲ ਬੀਜੇਪੀ ਪਾਰਟੀ ਨੂੰ ਛੱਡ ਕੇ, ਕਿਉਂਕਿ ਉਹ ਬਿੱਲ ਦੇ ਹੱਕ ਦੇ ਵਿੱਚ ਹੈ, ਬਾਕੀ ਸਾਰੀ ਪਾਰਟੀਆਂ ਜਿਵੇਂ ਕਿ ਕਾਂਗਰਸ, ਆਮ ਆਦਮੀ ਪਾਰਟੀ ਤੇ ਹੋਰ ਛੋਟੀਆਂ ਜਥੇਬੰਦੀਆਂ ਸਾਰੀ ਕਿਸਾਨ ਜਥੇਬੰਦੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਨੇ ਤੇ ਉਹਨਾਂ ਦਾ ਦਾਅਵਾ ਹੈ ਕਿ ਉਹ ਐਂਡ ਤੱਕ, ਜਦ ਤੱਕ ਇਹ ਬਿੱਲ ਵਾਪਸ ਨਹੀਂ ਹੁੰਦੇ ਤੇ ਕਿਸਾਨ ਆਪਣੇ ਘਰਾਂ ਨੂੰ ਵਾਪਸ ਨਹੀਂ ਪਰਤਦੇ,
जी कोमल जी, कलाकारां वल्लों भी किसान अंदोलन नूं समर्थन दिता जा रहा है, हुण तक किहड़े किहड़े कलाकार पहुंच के संबोधन कर रहे? कलाकारां वल्लों पहले दिन तो इस मोर्चे नूं पूरा तनदेही दे नाल कलाकारां वल्लों लगातार किसानां दे समर्थन दे विच मोर्चे दे विच साथ दित्ता जा रहा है। तुहानूं गल इह दस दईए कि पहले दिन तो लक्का सिधाणा, दीप सिद्धू, उस तों बाद बप्पू मान, कंवर गरेवाल, उस तों बाद खालसा एड दे लंगर दे विच नजर आए परमीश वर्मा, दिलप्रीत ढिल्लों, अमृत मान, उन्हें तक कि पंजाब दे जिन्ने कलाकार ने मोस्ट ऑफ दी कलाकार पंजाब दे जिहड़े हैगे ने उह किसानां दे समर्थन च ने, क्योंकि उन्हां नूं पता बिना किसानी तों पंजाब दा कोई वजूद नहीं बचेगा। जी कोमल जी, हरियाणा दे भाजपा आगुआं दा भी कहना है कि हरियाणा तो किसान वल्लों अंदोलन विच हिस्सा नहीं लिया जा रहा, पर अंदोलन विच हरियाणा दे किसान भी नजर आ रहे ने, हरियाणा दीआं केड़ियां केड़ियां जथेबंदियां प्रदर्शन विच शामिल ने, इस बारे तुसीं की कहोगे? ਤੁਹਾਨੂੰ ਦੱਸ ਦਈਏ ਮਨਵਿੰਦਰ, ਇਹ ਸਿਰਫ ਇੱਕ ਝੂਠੀ ਰਾਜਨੀਤੀ ਦੇ ਵਿੱਚੋਂ ਭਾਜਪਾ ਸਰਕਾਰ ਜਿਹੜੀ ਹਰਿਆਣੇ ਦੀ ਸਰਕਾਰ ਹੈ ਉਹ ਕਹਿ ਰਹੀ ਹੈ ਕਿ ਹਰਿਆਣਾ ਦੇ ਕਿਸਾਨ ਇਸ ਪ੍ਰਦਰਸ਼ਨ 'ਚ ਨਹੀਂ ਪਹੁੰਚੇ। ਕਾਇਮਿਕ ਪੰਜਾਬ ਤੁਹਾਨੂੰ ਲਗਾਤਾਰ ਦਿਖਾ ਰਿਹਾ ਤੇ ਗੱਲਬਾਤ ਵੀ ਕਰਵਾ ਰਿਹਾ ਹੈ। ਕੱਲ੍ਹ ਵੀ ਅਸੀਂ ਗੱਲਬਾਤ ਕੀਤੀ ਹਰਿਆਣਾ ਤੋਂ ਸੈਂਕੜਾਂ ਕਿਸਾਨ, ਹਜ਼ਾਰਾਂ ਕਿਸਾਨ ਜਿਹੜਾ ਹਰਿਆਣੇ ਦਾ ਉਹ ਵੀ ਧਰਨੇ ਦੇ ਵਿੱਚ ਮੌਜੂਦ ਹੈ। ਪੰਜਾਬ ਤੇ ਹਰਿਆਣਾ ਦਾ ਕਿਸਾਨ ਭਾਈਚਾਰਾ ਨਿਭਾਉਂਦੇ ਹੋਏ ਕੇਂਦਰ ਸਰਕਾਰ ਤੋਂ ਆਪਣੇ ਬਿੱਲ ਵਾਪਿਸ ਕਰਾਉਣ ਲਈ ਲਗਾਤਾਰ ਇਸ ਮੌਕੇ ਤੇ ਦਿੱਲੀ ਬਾਰਡਰ ਤੇ ਸਿੰਘੂ ਬਾਰਡਰ ਤੇ ਡਟਿਆ ਹੋਇਆ। ਜੀ ਕੋਮਲ ਜੀ, ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਹੋਰਨਾਂ ਸੂਬਿਆਂ ਦੀ ਤਾਂ ਦੱਸਿਆ ਜਾ ਰਿਹਾ ਕਿ ਦੱਖਣੀ ਭਾਰਤ ਵੀ ਤੋਂ ਵੀ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਚਾਲੇ ਪਾਏ ਨੇ, ਕਦੋਂ ਤੱਕ ਉਹਨਾਂ ਦੀ ਦਿੱਲੀ ਪਹੁੰਚਣ ਦੀ ਉਮੀਦ ਹੈ, ਇਸ ਦੇ ਬਾਰੇ ਕੀ ਕਹੋਗੇ? ਮਨਵਿੰਦਰ ਤੁਹਾਨੂੰ ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਦੇ ਜਿਹੜੇ ਮੈਂਬਰ ਨੇ, ਜਿਹੜੇ ਆਗੂ ਨੇ, ਜਿਹੜੇ ਕਿਸਾਨ ਨੇ, ਉਹਨਾਂ ਦੀ ਗਿਣਤੀ ਦਿਨੋ ਦਿਨ 7 ਤਰੀਕ ਤੋਂ ਉਹਨਾਂ ਨੇ ਪੂਰੇ ਕੂਚ ਕੀਤਾ ਸੀਗਾ, ਉਹਨਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਨਜ਼ਰ ਆ ਰਹੀ ਹੈ, ਕੋਈ ਗਿਣਤੀ ਘਟੀ ਨਹੀਂ, ਇੱਕ ਦਿਨ ਵੀ ਲਗਾਤਾਰ ਡਬਲ ਟ੍ਰਿਪਲ ਪੂਰੇ ਤਾਂ ਇਸ ਵੇਲੇ ਕੁੰਡਲੀ ਬਾਰਡਰ ਤੇ 3-4 ਲੱਖ ਦੀ ਗਿਣਤੀ ਦੇ ਵਿੱਚ ਕਿਸਾਨ ਮੌਜੂਦ ਹੈ। ਅਸੀਂ ਪੰਜਾਬ ਲਗਾਤਾਰ ਤੁਹਾਨੂੰ ਕੁੰਡਲੀ ਬਾਰਡਰ ਤੋਂ ਤਸਵੀਰਾਂ ਦਿਖਾ ਰਿਹਾ ਤੇ ਅੱਜ ਅਮਿਤ ਸ਼ਾਹ ਦੀ ਰਹਾਇਸ਼ ਦੇ ਬਾਹਰ ਤੁਹਾਨੂੰ ਲੈ ਕੇ ਆਇਆ, ਜਿੱਥੇ ਕੁਝ ਹੀ ਮਿੰਟਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨਾਲ ਮੀਟਿੰਗ ਕਰਨ ਲਈ, ਅਮਿਤ ਸ਼ਾਹ ਦੇ ਬਿੱਲ ਨੂੰ ਵਾਪਸ ਕਰਾਉਣ ਦੀ ਮੰਗ ਲੈ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਉਰੇ ਪਹੁੰਚ ਰਹੇ ਨੇ। ਜੀ ਕੋਮਲ ਜੀ, ਕਈ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਸੂਬਿਆਂ ਦੀਆਂ ਜਥੇਬੰਦੀਆਂ ਨਾਲ ਵੱਖ-ਵੱਖ ਗੱਲਬਾਤ ਕੀਤੀ ਜਾ ਰਹੀ ਹੈ ਤੇ ਅਜਿਹਾ ਕਰਕੇ ਕਿਸਾਨ ਜਥੇਬੰਦੀਆਂ ਨੂੰ ਪਾੜਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਜਿਹੇ ਬਿਆਨਾਂ ਦੇ ਵਿੱਚ ਭਾਜਪਾ ਆਗੂਆਂ ਜਾਂ ਫਿਰ ਕੇਂਦਰ ਦੇ ਨੁਮਾਇੰਦਿਆਂ ਦਾ ਕੀ ਕਹਿਣਾ? ਅਜਿਹੇ ਬਿਆਨ ਸਿਰਫ ਫੋਕੀ ਰਾਜਨੀਤੀ ਕਹਿ ਸਕਦੇ ਹਾਂ ਆਪਾਂ ਇਹਨਾਂ ਨੂੰ, ਕਿਉਂਕਿ ਕਿਸਾਨਾਂ ਦੇ ਵਿੱਚ, ਕਿਸਾਨ ਆਗੂਆਂ ਦੇ ਵਿੱਚ, ਜਥੇਬੰਦੀਆਂ ਦੇ ਵਿੱਚ ਬਹੁਤ ਜ਼ਿਆਦਾ ਏਕਾ ਦੇਖਣ ਨੂੰ ਮਿਲ ਰਿਹਾ ਹੈ। ਜੀ ਉਹ ਤਾਂ ਕਿ ਕਿਸਾਨ ਆਪਣੇ ਪੂਰੇ ਪਰਿਵਾਰ, ਬੱਚੇ, ਬਜ਼ੁਰਗ ਸਾਰਿਆਂ ਨੂੰ ਨਾਲ ਲੈ ਕੇ ਆਏ ਨੇ ਤੇ ਇਹ ਉਹਨਾਂ ਦਾ ਦਾਅਵਾ ਹੈ ਕਿ ਕਿਸੇ ਵੀ ਕਿਸਮ ਤੇ ਬਿੱਲ ਬਿਨਾਂ ਵਾਪਸ ਕਰਾਏ ਉਹ ਆਪਣੇ ਘਰ ਮੁੜ ਨਹੀਂ ਸਕਦੇ, ਹੁਣ ਆਪਣੇ ਘਰਦਿਆਂ ਨੂੰ ਸ਼ਰਤਾਂ ਵੀ ਦਿਖਾ ਦਿੰਦੇ ਜਾਂ। ਬਿਲਕੁਲ ਜੀ, ਤੇ ਕੋਮਲ ਜੀ ਜੇਕਰ ਆਪਾਂ ਅੱਜ ਦੀ ਗੱਲਬਾਤ, ਉਹਨਾਂ ਨੇ ਕਿਹਾ ਕਿ ਜੇਕਰ ਸਿਰੇ ਨਾ ਚੜੀ ਤਾਂ ਕਿਸਾਨ ਕਿਹੋ ਜਿਹੇ ਐਲਾਨ ਕਰ ਸਕਦੇ ਨੇ, ਇਸ ਦੇ ਬਾਰੇ ਤੁਹਾਡਾ ਕੀ ਕਹਿਣਾ? ਸੂਤਰਾਂ ਤੋਂ ਸਾਨੂੰ ਇਹੀ ਲਗਾਤਾਰ ਖਬਰ ਮਿਲ ਰਹੀ ਹੈ ਕਿ ਜੇਕਰ ਅੱਜ ਦੀ ਮੀਟਿੰਗ ਇਹ ਕਿਸਾਨਾਂ ਤੇ ਕੇਂਦਰ ਦੀ ਆਖਰੀ ਮੀਟਿੰਗ ਸਾਬਤ ਹੋ ਸਕਦੀ ਹੈ, ਕਿਉਂਕਿ ਕਿਸਾਨਾਂ ਵੱਲੋਂ ਕੇਂਦਰ ਨਾਲ ਕੀਤੀ ਗਈ ਕੋਈ ਵੀ ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲਿਆ, ਕੋਈ ਸਿੱਟਾ ਨਹੀਂ ਨਿਕਲਿਆ। ਇਸ ਕਰਕੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਜੇ ਅੱਜ ਦੀ ਮੀਟਿੰਗ ਦੇ ਵਿੱਚ ਵੀ ਇਹ ਬਿੱਲ ਵਾਪਸ ਨਾ ਲਏ ਗਏ, ਕੋਈ ਸਿੱਟਾ ਨਾ ਨਿਕਲਿਆ, ਤਾਂ ਅੱਜ ਤੋਂ ਬਾਅਦ ਕਿਸਾਨਾਂ ਵੱਲੋਂ ਕੇਂਦਰ ਨਾਲ ਕੋਈ ਮੀਟਿੰਗ ਨਹੀਂ ਕੀਤੀ ਜਾਵੇਗੀ ਤੇ ਦਿੱਲੀ ਨੂੰ ਆਉਣ ਵਾਲਾ ਹਰ ਰਸਤਾ ਬਿਲਕੁਲ। ਜੀ ਕੋਮਲ ਜੀ, ਇਸ ਤਮਾਮ ਜਾਣਕਾਰੀ ਲਈ ਬਹੁਤ ਬਹੁਤ ਸ਼ੁਕਰੀਆ। ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਵੇਖਦੇ ਰਹੋ ਸਕਾਈ ਨਿਊਜ਼ ਪੰਜਾਬ।